ਸਤਿ ਸ਼੍ਰੀ ਅਕਾਲ ਜੀ JBS ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਆਜ਼ਾਦ ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਮਾਲਵਾ ਟੈਂਟ ਦੇ ਉੱਪਰ ਮੌਜੂਦ ਹਾਂ ਮੇਰੇ ਨਾਲ ਸਮਸ਼ੀਰ ਸਿੰਘ ਔਰ ਫਰ ਸ਼ੇਰਾ ਸਿੱਧੂ ਮੌਜੂਦ ਆ ਰਾਤ ਬੜੀ ਮੰਦਭਾਗੀ ਘਟਨਾ ਜੀ ਲਗਭਗ 50 ਤੋਂ 60 ਦੇ ਵਿਚਕਾਰ ਜਿਹੜੀ ਇੱਥੇ ਨਗਦੀ ਕੈਸ਼ ਦੀ ਚੋਰੀ ਹੋਈ ਆ ਕੁਝ ਅਣਪਛਾਤੇ ਜਿਹੜੇ ਇੱਥੇ ਚੋਰ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਸੋ ਗੱਲਬਾਤ ਕਰਦੇ ਹਾਂ ਸ਼ੇਰਾ ਸਿੱਧੂ ਸਰ ਕਿਵੇਂ ਘਟਨਾ ਵਾਪਰੀ ਸਾਰੀ ਜੀ ਜੀ ਵੀ ਅਜੇ ਤਾਂ ਮੈਂ ਕਹਿ ਨਹੀਂ ਸਕਦਾ ਉਹਨਾਂ ਨੇ ਕਿਵੇਂ ਕੀਤਾ ਉਹ ਦੱਸ ਦਿੰਦਾ ਮੈਂ ਮੰਨ ਲਓ ਬੈਕ ਸਾਈਡ 'ਤੇ ਨਾ ਆਪਣੇ ਦਰਵਾਜ਼ਾ ਪੁਰਾਣਾ ਗੇਟ ਸੀਗਾ ਜੀ ਉਹ ਫਿਰ ਗਲੀ 'ਚ ਭਰਤ ਪੈਣ ਕਰਕੇ ਉਹ ਨੀਵਾਂ ਹੋ ਗਿਆ ਉਵੇਂ ਖੜਾ ਜੀ ਮੈਨੂੰ ਲੱਗਦਾ ਕਿ ਉੱਧਰ ਦੀ ਟੱਪ ਕੇ ਆਏ ਆ ਉੱਥੋਂ ਆ ਕੇ ਇੱਥੇ ਬੈਕ ਸਾਈਡ 'ਤੇ ਇਸੇ ਦਫ਼ਤਰ ਦੇ ਬੈਕ ਸਾਈਡ 'ਤੇ ਕਰੋਕਰੀ ਰੂਮ ਆ ਉਹ ਕਰੋਕਰੀ ਰੂਮ ਦੇ ਵਿੱਚ ਦੀ ਇੱਕ ਪਲਾਈ ਲਾਈ ਵੀ ਸਾਡੀ ਹਲਕੀ ਜੀ ਉਹ ਵੈਸੇ ਉਦਾਂ ਹੀ ਲਾਈ ਵੀ ਸੀਗੀ ਏਸੀ ਦੀ ਕੂਲਿੰਗ ਵਗੈਰਾ ਰੋਕਣ ਦਾ ਉਹ ਤੋੜ ਕੇ ਭੰਨ ਕੇ ਉਹ ਨਾਲ ਹੀ ਅਲਮਾਰੀ ਪਈ ਸੀਗੀ ਅਲਮਾਰੀ ਤੋੜ ਕੇ ਅਲਮਾਰੀ ਦੀ ਰੋਡ ਤੋੜੀ ਆ ਹੈਰਾਨੀ ਆ ਵੀ ਉਹ ਚਾਬੀ ਉਹਦੇ ਵਿੱਚ ਸੇਫ ਦੀ ਸੀਗੀ ਉਹ ਸੇਫ ਦੀ ਚਾਬੀ ਨਾਲ ਸੇਫ ਖੋਲ ਕੇ ਫੇਰ ਉਹਦੇ ਵਿੱਚੋਂ ਚੱਕੇ ਆ ਪੈਸੇ ਤੇ ਨਾਲ ਉਰਲੇ ਪਾਸੇ ਫਰੰਟ ਜਿਹੜਾ ਦਫ਼ਤਰ ਆ ਇਸ ਦਫ਼ਤਰ ਦੇ ਵਿੱਚ ਸਾਡਾ ਟੇਬਲ ਪਿਆ ਆਫਿਸ ਟੇਬਲ ਉੱਥੇ ਇਹਨਾਂ ਦੇ ਪਾਪਾ ਦੇ ਪਏ ਸੀਗੇ ਮੰਨ ਲਓ ਤਕਰੀਬਨ 11,000 ਰੁਪਇਆ ਉਹ ਵੀ ਮੰਨ ਲਓ ਚਾਬੀ ਲਾ ਕੇ ਲੱਭ ਕੇ ਚਾਬੀ ਨਾਲ ਖੋਲ ਕੇ ਉਹਦੇ 'ਚ ਪੈਸੇ ਕੱਢ ਕੇ ਉਹ ਬਾਕੀ ਸਮਾਨ ਨੂੰ ਮਿਟਕਾ ਕੇ ਗਏ CCTV ਹੈ ਲੱਗਿਆ CCTV ਮੈਨੂੰ ਪਤਾ ਲੱਗਿਆ ਵੀ ਬੈਕ ਸਾਈਡ ਤੇ ਸਾਡੇ ਜਿਹੜੇ ਮਾਚੀ ਵਾਲੇ ਆ ਗਏ ਸੈਨਿਟਰੀ ਸਟੋਰ ਵਾਲੇ ਤੇ ਜਾਂ ਕੱਪੜੇ ਵਾਲੇ ਆ ਗਏ ਇਹਨਾਂ ਦੇ ਕਹਿੰਦੇ ਹੈਗੇ ਆ ਇਹਨਾਂ ਨੇ ਕਿਹਾ ਤਾਂ ਕਹਿੰਦੇ ਅਸੀਂ ਦੇਖ ਲਾਂਗੇ ਕੋਈ ਗੱਲ ਨਹੀਂ ਕੀ ਕੀ ਚੋਰੀ ਹੋਇਆ ਜੀ ਕੈਸ਼ ਚੱਕਿਆ ਸਾਰਾ ਕੱਲਾ ਕੈਸ਼ ਚੱਕਿਆ ਹਾਂ ਬਾਕੀ ਕਿਸੇ ਚੀਜ਼ ਨੂੰ ਨਹੀਂ ਛੇੜਿਆ ਕਿਉਂਕਿ LCD ਵੀ ਲੱਗੀ ਹੋਈ ਸੀਗੀ ਸਪੀਕਰ ਵੀ ਪਏ ਆ ਹੋਰ ਵੀ ਕਈ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਲਿਜਾ ਸਕਦੇ ਪਰ ਉਹਨੇ ਕਿਸੇ ਨੂੰ ਹੋਰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਤੁਹਾਡੇ ਕਿਸੇ ਜ਼ਰੂਰੀ ਦਸਤਾਵੇਜ਼ ਤਾਂ ਨਹੀਂ ਕੋਈ ਨਹੀਂ ਦਸਤਾਵੇਜ਼ ਮੈਨੂੰ ਹਜੇ ਤੱਕ ਤਾਂ ਲੱਗਦਾ ਕਿ ਨਹੀਂ ਹੈਗੇ ਕਿਉਂਕਿ ਜਿੰਨਾ ਸਾਡੇ ਚੈੱਕ ਬੁੱਕ ਸੀਗੀਆਂ ਜਾਂ ਹੋਰ ਡਾਕੂਮੈਂਟ ਸੀ ਉਹ ਤਾਂ ਤਕਰੀਬਨ ਲੱਗਦਾ ਮੈਨੂੰ ਕਿੱਥੇ ਪਏ ਆ ਸ਼ੇਰਾ ਸਰ ਤੁਸੀਂ ਬਹੁਤ ਜ਼ਿੰਮੇਵਾਰ ਵਿਅਕਤੀ ਹੋ ਕਿ ਪਹਿਲਾਂ ਵੀ ਇਦਾਂ ਹੀ ਰੱਖਦੇ ਹੋ ਜੇ ਪਹਿਲੀ ਵਾਰ ਹੋਇਆ ਇਦਾਂ ਪੈਸੇ ਰੱਖਣੇ ਨਹੀਂ ਆਮ ਤਕਰੀਬਨ ਕੀ ਹੁੰਦਾ ਜਿਵੇਂ ਹੁਣ ਮੰਨ ਲਓ ਕੱਲ ਸ਼ਾਮ ਨੂੰ ਆਇਆ ਸੀ ਕੈਸ਼ ਦੇ ਕੇ ਗਏ ਆ ਉਹ ਇਹ ਸੀਗਾ ਵੀ ਚਲੋ ਜ਼ਰੂਰੀ ਸੀਗਾ ਮੈਨੂੰ ਕੁਝ ਪੈਸੇ ਇਸ ਕਰਕੇ ਰੱਖੇ ਸੀਗੇ ਵੀ ਚਲੋ ਕਮੇਟੀਆਂ ਭਰਨੀਆਂ ਸੀਗੀਆਂ ਮੂਰੇ ਮੈਂ ਕਿਹਾ ਵੀ ਘਰੇ ਲੈ ਗਿਆ ਚੱਲ ਜਾਂਦੇ ਆ ਥੋੜੇ ਥੋੜੇ ਪੈਸੇ ਰੱਖ ਕੇ ਅੱਡ ਇਹ ਵੀ ਹੁਣ ਤਿੰਨ ਥਾਵਾਂ ਤੇ ਰੱਖੇ ਸੀ ਜੀ ਮੇਰਾ ਮੰਨ ਲਓ ਵੀ ਇੱਕ ਹੋਰ ਸੀਗਾ ਇੱਕ ਯੂਨੀਅਨ ਦਾ ਨਾ ਹਿਸਾਬ ਕਿਤਾਬ ਮੇਰੇ ਕੋਲੇ ਆ ਜਿਹੜੀ ਆਪਣੀ ਟੈਂਟ ਐਸੋਸੀਏਸ਼ਨ ਬਣੀ ਵੀ ਉਹਦਾ ਕੈਸ਼ੀਅਰ ਆ ਮੈਂ ਉਹਦਾ ਵੀ 20,600 ਰੁਪਇਆ ਮੇਰੇ ਕੋਲੇ ਅੱਡ ਰੱਖਿਆ ਵਾ ਸੀਗਾ ਤਕਰੀਬਨ 25,000 ਰੁਪਇਆ ਮੇਰੇ ਉੱਤੇ ਲੋਕਰ 'ਚ ਪਿਆ ਸੀਗਾ ਉਦਾਂ ਤੇ 11,000 ਰੁਪਏ ਇਹਨਾਂ ਦੇ ਅੱਡ ਦਾ ਉਰਲੇ ਪਾਸੇ ਦਾ ਫਰਕ ਪਿਆ ਸੀਗਾ ਉਹ ਸਾਰੇ ਦਾ ਸਾਰਾ ਕੈਸ਼ ਕੱਢ ਕੇ ਉਹ ਲੱਗਦਾ ਨਹੀਂ ਸਮਝ ਨਹੀਂ ਆਉਂਦੀ ਕਿਉਂਕਿ ਲੋਕਰ ਦੀ ਵੀ ਚਾਬੀ ਲੱਭ ਕੇ ਉਹਦੇ 'ਚੋਂ ਲੋਕਰ 'ਚੋਂ ਕੱਢੇ ਆ ਤੇ ਇਹਨਾਂ ਵਾਲੇ ਵੀ ਮੰਨ ਕੇ ਚਲੋ ਚਾਬੀ ਲੱਭ ਕੇ ਫਿਰ ਉਹਦੇ ਵਿੱਚੋਂ ਕੈਸ਼ ਕੱਢ ਕੇ ਉਵੇਂ ਵਾਪਸ ਲੋਕ ਲਾਇਆ ਵਾਪਸ ਲੋਕ ਲਾਤਾ ਤੁਹਾਨੂੰ ਸ਼ੱਕ ਹੈ ਕਿਸੇ ਤੇ ਨਹੀਂ ਸ਼ੱਕ ਤਾਂ ਨਹੀਂ ਮੈਂ ਕਹਿ ਸਕਦਾ ਹੁਣ ਕਿਸੇ ਤੇ ਕਿਉਂਕਿ ਹੁਣ ਮੈਂ ਇਸ ਤਰ੍ਹਾਂ ਨਾ ਤਾਂ ਮੈਨੂੰ ਚੰਗਾ ਲੱਗਦਾ ਆਪ ਨੂੰ ਕਿਉਂਕਿ ਅਸੀਂ ਇਹ ਪਹਿਲਾਂ ਇਹੀ ਗੱਲ ਕਰਦੇ ਕਿਉਂਕਿ ਸਾਡੇ ਆਪ ਦੇ ਮੁੰਡੇ ਵੀ ਕੰਮ ਕਰਦੇ ਆ ਸਾਨੂੰ ਉਹਨਾਂ ਦੇ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਪਰ ਹੁਣ ਮੰਨ ਲਵੇ ਜੇ ਵੀ ਕੋਈ ਆਉਂਦਾ ਕਿਉਂਕਿ ਇੱਥੇ ਥੋੜਾ ਜਿਹਾ ਮੈਂ ਕੰਮ ਪੈਸੇ ਦੇ ਲੈਣ ਦੇਣ ਦਾ ਵੀ ਕਰਦਾ ਤਾਂ ਉਹਦੇ ਹਿਸਾਬ ਨਾਲ ਹੋ ਸਕਦਾ ਕੋਈ ਇਹੋ ਜਿਹੇ ਬੰਦੇ ਆਏ ਹੋਣ ਜਿਨ੍ਹਾਂ ਨੂੰ ਨਿਗਾਹ 'ਚ ਆ ਗਿਆ ਹੋਵੇ ਕਿਉਂਕਿ ਡਾਊਟ ਹੈ ਮੈਨੂੰ ਕਿਸੇ ਕੋਈ ਹੈ ਇਹਨੂੰ ਕਿਸੇ ਨੂੰ ਪਤਾ ਸੀਗਾ ਵੀ ਇਸ ਤਰ੍ਹਾਂ ਹੈ ਕਿਉਂਕਿ ਬੰਦੇ ਦਾ ਕੰਮ ਹੋ ਸਕਦਾ ਬਿਲਕੁਲ ਹੋ ਸਕਦਾ ਬਿਲਕੁਲ ਕਿਤੇ ਆਇਆ ਗਿਆ ਹੋਊਗਾ ਪਰ ਇਹਨਾਂ 'ਚੋਂ ਨਹੀਂ ਜਿਹੜੇ ਮੇਰੇ ਕੋਲ ਹੋਣਾ ਇਹਨਾਂ ਦੀ ਕੋਈ ਮੈਨੂੰ ਹੈਗਾ ਪਰ ਜਿਹੜੇ ਪਹਿਲਾਂ ਆਉਂਦੇ ਰਹੇ ਆ ਤੇ ਜਾਂ ਕੋਈ ਫਾਈਨੈਂਸ ਦੇ ਨਾਲ ਰਿਲੇਟਡ ਕੋਈ ਪੈਸੇ ਦੇਣ ਲੈਣ ਵਾਸਤੇ ਆਇਆ ਜਿਹਨੂੰ ਪਤਾ ਲੱਗ ਗਿਆ ਯਾਨੀ ਹੈ ਕਿਸੇ ਦੀ ਹੈਗਾ ਕਿਸੇ ਨੂੰ ਪਤਾ ਸੀਗਾ ਕਿ ਇਹਨੇ ਆ ਤੁਸੀਂ ਥਾਣੇ ਗਏ ਹੋ FIR ਲਿਖਵਾ ਕੇ ਆਏ ਹੋ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਹਾਂਜੀ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿਉਂਕਿ ਉਹਨਾਂ ਨੇ SHO ਸਾਹਿਬ ਨੂੰ ਬੁਲਾਇਆ ਸੀਗਾ ਕਿਉਂਕਿ ਅਸੀਂ ਪਹਿਲਾਂ ਮੌਂਟੀ ਸਾਹਿਬ ਕੋਲ ਹੀ ਗਏ ਸੀ ਉਹਨਾਂ ਨੇ SHO ਸਾਹਿਬ ਨੂੰ ਬੁਲਾਇਆ ਸਾਨੂੰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਕੋਈ ਗੱਲ ਨਹੀਂ ਤੁਹਾਡੇ ਕੋਲ ਮਲਾਜ਼ਮ ਭੇਜਦੇ ਆ ਉਹ ਮੌਕਾ ਦੇਖ ਕੇ ਜਾਣਗੇ ਦੇਖੋ ਹਲੇ ਆਏ ਤਾਂ ਹੈ ਨਹੀਂ ਕਿ ਸ਼ਾਇਦ ਆ ਜਾਣਗੇ ਹੁਣ ਸੋ ਦਰਸ਼ਕੋ ਬੜੀ ਮੰਦਭਾਗੀ ਘਟਨਾ ਤੇ ਜੇ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਪੱਤੋਂ ਹੀਰਾ ਸਿੰਘ ਦੀ ਗੱਲ ਕਰੀਏ ਆਏ ਦਿਨ ਜਿਹੜੀਆਂ ਚੋਰੀਆਂ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹਾਲਾਤ ਇੱਥੋਂ ਦੇ ਬਹੁਤ ਮਾੜੇ ਨਜ਼ਰ ਦਿਖਦੇ ਨਜ਼ਰ ਆ ਰਹੇ ਨੇ ਤੇ ਪ੍ਰਸ਼ਾਸਨ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਲਾਅ ਐਂਡ ਆਰਡਰ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਆਏ ਦਿਨ ਕੋਈ ਨਾ ਕੋਈ ਵੱਡੀ ਵਾਰਦਾਤ ਚੋਰ ਕਰਕੇ ਜਿਹੜਾ ਸ਼ੁਭ ਮੰਤਰ ਦੇ ਕਿਧਰੇ ਕਿਰਪਾਨਾਂ ਚੱਕ ਕੇ ਕੋਈ ਕਤਲ ਕਰ ਜਾਂਦਾ ਕੋਈ ਕੁਛ ਕਰ ਜਾਂਦਾ ਸੋ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਤੇ FIR ਆ ਜਿਹੜੀ ਇਹਨਾਂ ਨੇ ਲਿਖਵਾ ਚੁੱਕੇ ਆ ਤੇ CCTV ਫੋਟੋ ਹੈ ਤੁਹਾਡੇ ਕੋਲ ਸਰ ਨਹੀਂ ਨਹੀਂ CCTV ਹਜੇ ਅਸੀਂ ਦੇਖੀ ਕੁਛ ਨਹੀਂ ਹੈ ਤੇ ਨਾ ਹੀ ਸਾਨੂੰ ਪਤਾ ਦੇਖਦੇ ਹਾਂ ਹਲੇ ਸ਼ਾਇਦ ਆ ਜੇ ਪਰ ਇੱਕ ਮਲਾਲ ਜ਼ਰੂਰ ਆ ਜਿਹੜਾ ਨਾ ਇੱਕ JBS ਜੀ ਜਿਹੜਾ ਜ਼ਮੀਨੀ ਹਕੀਕਤ ਆ ਤੇ ਚਾਹੇ ਅਫਸਰਸ਼ਾਹੀ ਕਹਿ ਲਓ ਤੇ ਚਾਹੇ ਸਾਡੇ ਲੀਡਰ ਕਹਿ ਲਓ ਜਿਹੜੀ ਬਿਆਨਬਾਜ਼ੀ ਆ ਤੇ ਹਕੀਕਤ ਆ ਜਿਹੜੀ ਜ਼ਮੀਨੀ ਉਹ ਬਹੁਤ ਫਰਕ ਆ ਬਹੁਤ ਜ਼ਿਆਦਾ ਫਰਕ ਹੈ ਜਿਹਦੇ 'ਚ ਨਿਕਲ ਕੇ ਰੋਜ਼ ਗੁਜ਼ਰਦੇ ਆ ਰੋਜ਼ ਇਹਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਇੰਨੀ ਉਹ ਪੀੜ ਹੁੰਦੀ ਹੈ ਨਾ ਵੀ ਕਹਿਣੀ ਕਰਨੀ 'ਚ ਤੇ ਬਿਆਨਬਾਜ਼ੀ 'ਚ ਮੈਂ ਕਿਹਾ ਬਹੁਤ ਜ਼ਿਆਦਾ ਅੰਤਰ ਆ ਜਿਹਦੇ 'ਚ ਮੰਨ ਕੇ ਚਲੋ ਵੈਸੇ ਸਾਰਾ ਦਿਨ ਦਾ ਕਿ ਬਹੁਤ ਸਾਫ਼ ਆ ਪਰ ਇੱਕ ਜਿੰਨਾ ਉਹ ਸਾਫ਼ ਦੇ ਵਿੱਚੋਂ ਬਹੁਤ ਕੁਛ ਧੁੰਦਲਾ ਹੈ ਉਸ ਚੀਜ਼ ਤੇ ਬਹੁਤ ਦੁੱਖ ਹੁੰਦਾ ਕਿ ਪ੍ਰਸ਼ਾਸਨ ਆ ਕੁਛ ਵੀ ਆ ਜਿਹੜੇ ਅਧਿਕਾਰੀ
ਤੇ ਜ਼ਮੀਨੀ ਪੱਧਰ ਦੀ ਜਿਹੜੀ ਰਿਪੋਰਟ ਹੈ ਉਹ ਜ਼ਮੀਨ ਅਸਮਾਨ ਦਾ ਫਰਕ ਆ ਔਰ ਬਾਕੀ ਆਏ ਦਿਨ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਵੱਡੀ ਵਾਰਦਾਤ ਹੁੰਦੀ ਰਹਿੰਦੀ ਆ। ਬਰਨਾਲਾ ਰੋਡ ਸ਼ਰਮਨ ਜੈਨ ਵਾਲੀ ਗਲੀ ਦੇ ਨਜ਼ਦੀਕ ਹੀ ਮਾਲਵਾ ਟੈਂਟ ਪੈਂਦਾ ਜੀ ਤੇ ਬੈਕ ਸਾਈਡ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਰਾਤ ਦੀ ਇਹ ਘਟਨਾ ਸਾਰੀ ਤੇ ਸਿਰੇ ਜੀ ਮੈਂ ਗੱਲ ਕਰਾਂ ਪ੍ਰਸ਼ਾਸਨ ਅਧਿਕਾਰੀ ਹੇ ਤੱਕ ਪਹੁੰਚਿਆ ਕਿ ਨਹੀਂ ਕਿੰਨਾ ਸਮਾਂ ਹੋ ਗਿਆ ਐਫ ਆਈ ਆਰ ਦਰਜ ਕਰਵਾਉਣ ਸਾਨੂੰ ਮੈਨੂੰ ਲੱਗਦਾ ਵੀ ਹੋ ਸਕਦਾ ਘੰਟਾ ਹੋ ਗਿਆ ਹੋਊਗਾ ਪੌਣਾ ਘੰਟਾ ਹੋ ਗਿਆ ਹੋਊਗਾ ਪਰ ਉਹਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਤਾਂ ਇਹੀ ਸੀਗਾ ਵੀ ਮਗਰੇ ਭੇਜ ਦਿਆਂ ਤੁਹਾਡੇ ਮੁਲਾਜ਼ਮ ਵੀ ਮੈਨੂੰ ਮੈਂ ਇਹ ਕਿਹਾ ਸੀ ਵੀ ਚਲ ਮੌਕਾ ਦੇਖ ਆਓ ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਉਹਨਾਂ ਦੀ ਅੱਖ ਉਹ ਹੋਰ ਆ ਜਿਵੇਂ ਉਹਨਾਂ ਨੇ ਅੱਖਾਂ ਨਾਲ ਦੇਖਣਾ ਅਸੀਂ ਤਾਂ ਕਿਉਂਕਿ ਨੋਰਮਲੀ ਦੇਖ ਲਿਆ ਵੀ ਹਾਂ ਕੀ ਚੱਕਿਆ ਕੀ ਨਹੀਂ ਚੱਕਿਆ ਤੇ ਸਾਨੂੰ ਇਹ ਸੀਗਾ ਵੀ ਮੌਕਾ ਦੇਖ ਲੈਂਦੇ ਪਰ ਹੁਣ ਅਸੀਂ ਵੀ ਬੈਠੇ ਕਿਉਂਕਿ ਹੁਣ ਬੱਚਿਆਂ ਦਾ ਵੀ ਫੋਨ ਆਈ ਜਾਂਦਾ ਤੇ ਇੱਕ ਵੈਸੇ ਪਰੇਸ਼ਾਨੀ ਹੋਈ ਪਈ ਅਜੇ ਤੱਕ ਤਾਂ ਕੋਈ ਪਹੁੰਚਿਆ ਨਹੀਂਗਾ ਥੋੜਾ ਹੈ ਇਸ ਚੀਜ਼ ਦਾ ਮਲਾਲ ਹੁੰਦਾ ਵੀ ਹਾਂ ਤੁਸੀਂ ਆਉਣਾ ਚਾਹੀਦਾ ਜਦੋਂ ਮੰਨ ਲਓ ਵੀ ਐਸੀ ਹੈ ਐਮਰਜੈਂਸੀ ਸਿਚੁਏਸ਼ਨ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਜੀ। ਸੋ ਦਰਸ਼ਕੋ ਐਫ ਆਈ ਆਰ ਨੂੰ 2 ਘੰਟੇ ਹੋ ਗਏ ਲਗਭਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਜੇ ਤੱਕ ਕੋਈ ਵੀ ਨਹੀਂ ਪਹੁੰਚਿਆ। ਜੇ ਨਿਹਾਲ ਸਿੰਘ ਵਾਲਾ ਦੀ ਗੱਲ ਕਰਾਂ ਥਾਣਾ ਨਿਹਾਲ ਸਿੰਘ ਵਾਲਾ ਦੀ ਤਾਂ ਉੱਥੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਵਾਰਦਾਤਾਂ ਨਿਹਾਲ ਸਿੰਘ ਹਲਕੇ ਦੇ ਆਸ ਪਾਸ ਬਹੁਤ ਜ਼ਿਆਦਾ ਹੁੰਦੀਆਂ ਨੇ ਅਤੇ ਮੁਲਾਜ਼ਮਾਂ ਦੀ ਬਹੁਤ ਵੱਡੀ ਕਮੀ ਹੈ। ਸੋ ਇਹ ਵੀ ਬੜੇ ਵੱਡੇ ਸਵਾਲ ਆ। ਸੋ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਸਲੇ 'ਤੇ ਕੀ ਕਾਰਵਾਈ ਕਰਦਾ।